तो जे मेरा फार्मूला किसान जथेबंदियां वीरवार की सेंटर सरकार नाल मीटिंग वेले एक लाइन दे विच रख देन ते मैनू नहीं लगता कि किसान जिंदगी च कदे गरीब हो सकता, करोड़पति तो हो सकता, लखपति तो हो सकता, पर करजई नहीं हो सकता। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੋਂ ਸਭ ਆਖੋ ਵੀ ਜਾਣਦੇ ਹੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਉਤਰੇ ਹੋਏ ਨੇ ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਹੈ ਕਿ ਆਪਣਾ ਤਾਨਾਸ਼ਾਹੀ ਰਵੱਈਆ ਛੱਡਣ ਨੂੰ ਤਿਆਰ ਹੀ ਨਹੀਂ ਤੇ ਹੁਣ ਕਿਸਾਨਾਂ ਨੇ ਠਾਣ ਲਿਆ ਹੈ ਕਿ ਉਹ ਦਿੱਲੀ ਨਹੀਂ ਜਾਣਗੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਦਿੱਲੀ ਆ ਕੇ ਉਹ ਉਹਨਾਂ ਨਾਲ ਮੀਟਿੰਗ ਕਰਨ। ਪਰ ਇਹ ਮੀਟਿੰਗ ਕਿੱਦਾਂ ਦੀ ਰਹੇਗੀ ਅਤੇ ਜੇ ਕੇਂਦਰ ਸਰਕਾਰ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰਦੀਆਂ ਵੀ ਨੇ ਤਾਂ ਉੱਥੇ ਮੀਟਿੰਗ ਵਿੱਚ ਕੀ ਗੱਲਬਾਤ ਕਰਨ ਤਾਂ ਜੋ ਕਿਸਾਨ ਆਪਣੇ ਭਵਿੱਖ ਨੂੰ ਲੈ ਕੇ ਹਮੇਸ਼ਾ ਲਈ ਸੁਰੱਖਿਅਤ ਹੋ ਜਾਵੇ। ਕਿਹੜਾ ਐਸਾ ਤਰੀਕਾ ਹੈ ਕਿ ਕਿਸਾਨ ਲੱਖਪਤੀ ਕਰੋੜਪਤੀ ਤਾਂ ਬਣ ਸਕੇ ਆਉਣ ਵਾਲੇ ਸਮੇਂ ਦੇ ਵਿੱਚ, ਜਿਹਨਾਂ ਕੋਲ ਆਪਣੀਆਂ ਜ਼ਮੀਨਾਂ ਨੇ ਪਰ ਕਦੇ ਕੋਈ ਵੀ ਜ਼ਾਲਮ ਸਰਕਾਰ ਜਾਂ ਵੱਡੇ ਕਾਰੋਬਾਰੀ ਉਸ ਨੂੰ ਰੋੜਪਤੀ ਨਾ ਬਣਾ ਸਕਣ। ਕੀ ਕਹਿ ਰਹੇ ਨੇ ਮੇਜਰ ਸਿੰਘ ਸੰਧੂ ਇਸ ਮਾਮਲੇ ਤੇ, ਮਾਰਦੇ ਇੱਕ ਨਜ਼ਰ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਮੇਜਰ ਸਿੰਘ ਸੰਧੂ ਯੂਨਾਈਟਿਡ ਕਿੰਗਡਮ ਲੰਡਨ ਤੋਂ। ਤੇਰੇ ਭੇਜੇ ਹੋਏ ਬੰਦੇ ਰੱਬਾ ਅੱਜ ਫੇਰ ਕਿੱਡਾ ਕੈਰ ਕਮਾ ਰਹੇ ਨੇ, ਤੇਰੇ ਭੇਜੇ ਹੋਏ ਲੀਡਰ ਰੱਬਾ ਅੱਜ ਫੇਰ ਕਿੱਡਾ ਕੈਰ ਕਮਾ ਰਹੇ ਨੇ। ਵਪਾਰ ਨਿਰਾ ਝੂਠਦਾ ਅਤੇ ਬੋਰਡ ਦੁਕਾਨਾਂ ਦੇ ਉੱਤੇ ਸੱਚੇ ਸੌਦੇ ਦੇ ਲਾ ਰਹੇ ਨੇ। ਜ਼ੁਲਮ ਹਨੇਰੀ ਝੁੱਲ ਗਈ ਫਿਰ ਤੋਂ, ਜਿੱਥੇ ਕਦੇ ਤੇਰਾ ਵਾਸਾ ਸੀ ਸੋਗ ਛਾ ਗਿਆ, ਸਹਿਮ ਖਾ ਗਿਆ, ਜਿੱਥੇ ਡੁੱਲ ਡੁੱਲ ਪੈਂਦਾ ਹਾਸਾ ਸੀ। ਬਲਾਤਕਾਰ ਹੁੰਦੇ ਨੇ ਆਵਾਜ਼ ਨਹੀਂ ਕੱਢਣ ਦਿੰਦੇ, ਮਾਰ ਦਿਆਂਗੇ ਕਹਿ ਕੇ ਧਮਕਾ ਰਹੇ ਨੇ। ਵਪਾਰ ਨਿਰਾ ਝੂਠਦਾ ਅਤੇ ਬੋਰਡ ਦੁਕਾਨਾਂ ਦੇ ਉੱਤੇ ਸੱਚੇ ਸੌਦੇ ਦੇ ਲਾ ਰਹੇ ਨੇ। ਗੱਲ ਕਰਦੇ ਹਾਂ ਦੋਸਤੋ ਕਿਸਾਨਾਂ ਦੀ। ਕਿਸਾਨ ਨਾ ਕਦੇ ਗਰੀਬ ਸੀ ਅਤੇ ਨਾ ਕਦੇ ਗਰੀਬ ਹੋ ਸਕਦਾ, ਇਹ ਮੇਰਾ ਫਾਰਮੂਲਾ। ਅਤੇ ਜੇ ਮੇਰਾ ਫਾਰਮੂਲਾ ਕਿਸਾਨ ਜਥੇਬੰਦੀਆਂ ਵੀਰਵਾਰ ਦੀ ਸੈਂਟਰ ਸਰਕਾਰ ਨਾਲ ਮੀਟਿੰਗ ਵੇਲੇ ਇੱਕ ਲਾਈਨ ਦੇ ਵਿੱਚ ਰੱਖ ਦੇਣ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਜ਼ਿੰਦਗੀ 'ਚ ਕਦੇ ਗਰੀਬ ਹੋ ਸਕਦਾ, ਕਰੋੜਪਤੀ ਤਾਂ ਹੋ ਸਕਦਾ, ਲੱਖਪਤੀ ਤਾਂ ਹੋ ਸਕਦਾ, ਪਰ ਕਰਜ਼ਈ ਨਹੀਂ ਹੋ ਸਕਦਾ। ਕਿਉਂਕਿ ਇਹ ਕਰਜ਼ਈ ਸਿਆਸਤਦਾਨਾਂ ਦਾ ਕੀਤਾ ਹੋਇਆ। ਜਦੋਂ ਕਿਸਾਨੀ ਆਪਣੀ ਜੋਬਨ 'ਤੇ ਸੀ ਇੰਡੀਆ ਦੀ ਆਜ਼ਾਦੀ ਤੋਂ ਬਾਅਦ, ਅਤੇ ਉਦੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਇੰਡੀਆ ਗੌਰਮੈਂਟ ਬਣਾਉਂਦੀ ਸੀ ਤਾਂ ਉਹ ਕਿਸਾਨਾਂ ਦੇ ਪ੍ਰੋਡਕਟਸ ਤੋਂ ਬਣਾਉਂਦੀ ਸੀ, ਖੇਤੀ ਤੋਂ ਬਣਾਉਂਦੀ ਸੀ, ਫਰੂਟ ਤੋਂ ਬਣਾਉਂਦੀ ਸੀ, ਹੋਰ ਜੋ ਕਿਸਾਨ ਪੈਦਾ ਕਰਦੇ ਨੇ ਉਹਨਾਂ ਤੋਂ ਬਣਾਉਂਦੀ ਸੀ। ਕਿਸਾਨ ਖੁਸ਼ਹਾਲ ਸੀ ਅਤੇ ਕਿਸਾਨੀ ਦਾ ਕੀਤਾ ਵੀ ਬੜਾ ਖੁਸ਼ਹਾਲ ਸੀ। ਤਾਂ ਇਹਨੇ ਗੌਰਮੈਂਟ ਨੇ, ਇਹ ਕੁੱਤੇ ਸਿਆਸਤਦਾਨਾਂ ਨੇ ਕੀ ਕੀਤਾ, ਅਤੇ ਇਹਨਾਂ ਨੇ 1965 ਦੇ ਵਿੱਚ ਇੱਕ ਐਕਟ ਬਣਾ ਦਿੱਤਾ। ਉਸ ਐਕਟ ਦਾ ਨਾਂ ਸੀ CACP, ਜਿਹਦੀ ਫੁੱਲ ਫਾਰਮ ਹੈ ਕਮਿਸ਼ਨ ਫੋਰ ਐਗਰੀਕਲਚਰ ਕੋਸਟਸ ਐਂਡ ਪ੍ਰਾਈਸਿਸ। ਦੁਬਾਰਾ ਫਿਰ ਸੁਣ ਲਓ, ਕਮਿਸ਼ਨ ਫੋਰ ਐਗਰੀਕਲਚਰ ਕੋਸਟਸ ਐਂਡ ਪ੍ਰਾਈਸਿਸ। ਇਹ ਕਿਸਾਨਾਂ ਦਾ ਤੈਅ ਫਿਕਸ ਕਰਨ ਵਾਸਤੇ ਐਗਰੀਕਲਚਰ ਮਿਨਿਸਟਰੀ ਦੇ ਅੰਡਰ ਬਾਬੂ ਬੈਠਦੇ ਨੇ ਜਿਹੜੇ ਕਿਸਾਨਾਂ ਦੀ ਹਰ ਚੀਜ਼ ਦਾ ਰੇਟ ਤੈਅ ਕਰਦੇ ਹੈ। ਇਹ 1965 ਤੋਂ ਪਹਿਲਾਂ ਹੈ ਨਹੀਂ ਸੀ, 1965 ਦੇ ਵਿੱਚ ਇਹ ਬਣਿਆ। ਇਹਨੇ ਦਰਅਸਲ ਹਰ ਚੀਜ਼ ਕਿਸਾਨਾਂ ਦੀ ਕੰਟਰੋਲ ਕੀਤੀ ਅਤੇ ਕਿਸਾਨਾਂ ਨੂੰ ਵੀ ਨਹੀਂ ਪਤਾ ਲੱਗਿਆ ਕਿ ਸਾਡੇ ਸਿਰ 'ਤੇ ਇੰਨਾ ਕਰਜ਼ਾ ਕਿਵੇਂ ਚੜ੍ਹ ਗਿਆ। ਤੁਸੀਂ ਟੂਥਪੇਸਟ ਖਰੀਦੋ, ਤੁਸੀਂ ਕੱਪੜਾ ਖਰੀਦੋ, ਥਾਨ ਦੇ ਉੱਤੇ ਪ੍ਰਾਈਸ ਲੱਗਿਆ ਹੁੰਦਾ, ਤੁਸੀਂ ਟੂਥਪੇਸਟ ਖਰੀਦੋ, ਟੂਥਬਰੱਸ਼ ਖਰੀਦੋ, ਤੁਸੀਂ ਸਾਬਣ ਖਰੀਦੋ, ਜਿਹੜਾ ਮੈਨੂਫੈਕਚਰਰ ਹੈ, ਜਿਹੜਾ ਬਣਾਉਣ ਵਾਲਾ ਆ, ਤਾਂ ਉਹ ਬੰਦਾ, ਉਹ ਕੰਪਨੀ, ਉਹ ਔਰਗੇਨਾਈਜੇਸ਼ਨ ਤੈਅ ਕਰਦੀ ਹੈ ਕਿ ਸਾਡੀ ਜਿਹੜੀ ਪ੍ਰੋਡਕਟ ਆ ਇਹਦੇ 'ਤੇ ਇੰਨਾ ਖਰਚਾ ਆਇਆ, ਇੰਨਾ ਪ੍ਰੋਫਿਟ ਰੱਖ ਕੇ, ਇੰਨਾ ਸਾਡੀ ਫੈਕਟਰੀ ਦਾ ਕਿਰਾਇਆ, ਇੰਨੇ ਸਾਡੇ ਵਰਕਰਾਂ ਦੀ ਤਨਖਾਹ, ਸਾਰਾ ਕੁਛ ਕਰਕੇ ਤਾਂ ਉਹ ਫਿਕਸ ਕਰਦੀ ਹੈ ਪ੍ਰਾਈਸ ਕਿ ਆਹ ਲਓ ਜੀ, ਇੰਨੀ ਪ੍ਰਾਈਸ ਨੂੰ ਅਸੀਂ ਵੇਚਣਾ ਤਾਂ ਸਾਡਾ ਘਰ ਚੱਲਦਾ, ਤਾਂ ਸਾਡੇ ਬਿੱਲ ਬੱਤੀਆਂ ਪੂਰੇ ਹੁੰਦੇ ਆ, ਤਾਂ ਅਸੀਂ ਵਪਾਰ ਕਰ ਸਕਦੇ ਹਾਂ। ਵਪਾਰ ਦਾ ਮਤਲਬ ਹੁੰਦਾ ਯੂ ਮੇਕ ਅ ਪ੍ਰੋਫਿਟ ਆਊਟ ਆਫ ਦ ਥਿੰਗਸ ਵਟ ਯੂ ਸੈਲ। ਅਤੇ ਜੇ ਤੁਸੀਂ ਪ੍ਰੋਫਿਟ ਨਹੀਂ ਕਰ ਸਕਦੇ ਤਾਂ ਤੁਸੀਂ ਵਪਾਰੀ ਨਹੀਂ ਬਣ ਸਕਦੇ। ਦੁਬਾਰਾ ਫਿਰ ਦੱਸ ਦਿੰਦਾ ਕਿ
A businessman has to be profitable. मतलब जे तुसी if you cannot make a profit, you cannot be a business person. जे तुसी 20 पैसे दी चीज लेके उन्हों 30 पैसे दी 40 पैसे दी नहीं बेचते तो तुसी business नहीं कर रहे, तुसी लोक सेवा कर रहे हो. लोक सेवा दे नाल तो घर नहीं तुहाडा चलना, तुहाडे ते कर्जा चढ़ना ही चढ़ना. यही हाल किसानों का होया. किसान इस सिचुएशन च जिहड़ी च हुण ने इस सिचुएशन च पहुंचे किवें कि 1965 दे विच ACACP एक्ट बन गया किसानों वास्ते. फसलों के ते इन्हां दे प्रोडक्ट दे भा मिनिस्ट्री ऑफ एग्रीकल्चर तय कर रही है अपने हिसाब नाल. सब तो ज़्यादा सेंटर गौरमेंट दे खजाने च जे पैसा जा रहा तो CACP तो जा रहा, क्योंकि बाकी कोई भी बंदा कोई भी चीज़ बनावे अपनी चीज़ की आप रेट कीमत तय करता. तो पर किसान कल्ले ऐसे ने जिन्हां दी मिनिस्ट्री ऑफ एग्रीकल्चर तय करती है. क्यों करती है? मिनिस्ट्री ऑफ एग्रीकल्चर के जिहड़े बाबू बैठे ने उन्हां नू की पता है कि किसानां दे झोना जां कणक उगाण ते जां उन्हां दा साग सरों मसरी दालां सब्जी उगाण ते किन्ना पैसा होया, किन्ने स्प्रे पए उन्हां दे ते एंड प्रोडक्ट किन्ना होया, किन्नियां दिहाड़ियां लगियां, किन्नियां जनानियां ने काम किया, किन्ने बंदियां ने काम किया, किन्नी उन्हां दी दिहाड़ी गई. ए उन्हां नू बाबूआं नू कंप्यूटर रूम दे विच बैठिया नू की पता. 1965 दे विच बणिया ते होर किसानां नू परेशान करन वास्ते 1985 दे विच CACP एक्ट दे विच फेर सोध की गई. ते किसानां नू ए जानकारी होनी बहुत ज़्यादा जरूरी है. ते किसानां दी सब तो वड्डी मंग जां फार्मूला जदों केंद्र दे नाल वीरवार नू मीटिंग होवे तां ए होना चाहीदा है कि मोदी साहब जां मोदी साहब दी मिनिस्ट्री किसान अपनियां फसलां दे भा आप तय करनगे. CACP एक्ट जिहड़ा तुसी किसानां नू मारन वास्ते बनाया सी इहनू खत्म कर दो, सानू तुहाडे कोलों कुछ नहीं चाहीदा. बस इन्नी की गल है. तो हुण जे किसान एक किले दे विच मेहनत करके कणक जां मक्की जां कोई होर फसल उगाउंदा है ते उन्हूं एग्जैक्टली ये पता है कि मेरे ट्रैक्टर का तेल किन्ना फुकिया, मेरे मुंडे ने किन्ने घंटे ट्रैक्टर चलाया, एक घंटे दे मैं जे बाहर दिहाड़ी करां किन्ने पैसे मिलते हैं. ये किसान ईजीली तय कर सकते हैं. जदों ये गल तय होगी तो किसान गरीब कदे हो ही नहीं सकता, क्योंकि हरेक बंदा अपने घर नूं सियाणा. उन्हूं ये पता है कि मेरी कुड़ी दे व्याह ते किन्ने पैसे लगते हैं, मेरी घरवाली किन्ने पैसे खर्च करती है, मेरा बिल किन्ना आउंदा, ते मेरे ट्रैक्टर का तेल किन्ना फुकदा, मेरे बाकी खर्चे जिहड़े कपड़िया दे ने जां बच्चों की स्कूल की फीस है वह किन्नी है, वह अपने आप ही तय कर लूंगा. मिनिस्ट्री ऑफ एग्रीकल्चर नूं इहदे च इंटरफेरेंस की कोई लोड़ नहीं. सो मैं हथ मन के किसानों नूं बेनती करदा कि मोदी दे नाल जदों मीटिंग होनी है तो CACP एक्ट है जिहड़ा उन्हूं खत्म कराने की गल की जाए. सारा जूड़ी बढ़िया जाना है. ये पंजाब के किसानों की गल नहीं मैं कर रहा, इंडिया के किसानों की गल कर रहा. तुसीं सिर्फ ये कह दो कि जिहड़ा प्रोडक्ट साडा जिहड़ी फसल असी खेतों च पैदा करांगे उहदा रेट भी असी तय करांगे. तो ये ह्यूमैनिटी के बेस पर भी जे मोदी कहिंदा है ना कि मैं बहुत वड्डा इंसान हाँ, मैं भगत हाँ, मैं फकीर हाँ, पता नहीं किहड़े किहड़े पापड़ वेलदा, भावें जहाज तुसीं पता है कि किन्ने हज़ार करोड़ का उन्हें ट्रंप के मुकाबले का दुनिया के विच. हुण ट्रंप अमरीका का सब तो वड्डे पावरफुल कंट्री का प्रेजिडेंट है ते उहदी रीस दे विच उन्ना ही महंगा जहाज खरीदिया मोदी ने अपने प्राइवेट यात्रा लई. ते जे मोदी एक फकीर बंदा अपने आप नूं फकीर कहाउंदा होया इन्ना महंगा दुनिया च सैर करन वास्ते अपना जहाज खरीद सकता है ते किसानां नूं इन्ना क तां तोहफा फकीर हुंदे दे ही सकता है. फकीर बंदे दी ये निशानी भी हुंदी है कि इंसानियत दे नाते जिहड़ा काम ठीक होवे नूं ठीक करना पैंदा ते ठीक करदा भी है. सो ये बेनती रख दिओ कि CACP एक्ट जिहड़ा 1965 च बनाया सी 1985 दे विच उहदे च शोध कीती गई सी वह खत्म कर दे इंडिया गौरमेंट ते किसान अपनियां फसलां दे रेट अपनियां यूनियनां राहीं
ਆਪਣੀਆਂ ਯੂਨੀਅਨਾਂ ਦੀਆਂ ਜਿਹੜੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਉਹਨਾਂ ਦੇ ਰਾਹੀਂ ਆਪ ਤੈਅ ਕਰ ਲੈਣਗੇ, ਕਿਸੇ ਨੇ ਖਰੀਦਣਾ ਹੋਵੇ ਖਰੀਦੇ, ਨਹੀਂ ਖਰੀਦਣਾ ਹੋਵੇ ਕਿ ਨਾ ਖਰੀਦੇ। ਅਤੇ ਇਹਦੇ ਨਾਲ ਹੀ ਤੁਸੀਂ ਲੱਖਪਤੀ ਜਾਂ ਕਰੋੜਪਤੀ ਰਾਤੋ ਰਾਤ ਬਣ ਜਾਓਗੇ। ਇਹ ਇੱਕ ਡਿਮਾਂਡ ਮੋਦੀ ਕੋਲ ਵੀਰਵਾਰ ਨੂੰ ਸੈਂਟਰ ਦੀ ਮੀਟਿੰਗ ਦੇ ਵਿੱਚ ਰੱਖ ਦਿਓ, ਅਤੇ ਮੈਂ ਤਾਂ ਬਸ ਇਹ ਸਲਾਹ ਹੀ ਦੇ ਸਕਦਾ, ਬਾਕੀ ਕੰਮ ਤਾਂ ਤੁਸੀਂ ਕਰਨੇ ਹੈ। ਕਿਉਂਕਿ ਲੱਖਪਤੀ ਵੀ ਤੁਸੀਂ ਬਣਨਾ, ਕਰੋੜਪਤੀ ਵੀ ਤੁਸੀਂ ਬਣਨਾ, ਅਤੇ ਕਰਜ਼ੇ ਥੱਲੇ ਵੀ ਤੁਸੀਂ ਦੱਬਣਾ। ਸ਼ੰਭੂ ਬਾਰਡਰ ਦੇ ਉੱਤੇ ਦੀਪ ਸਿੱਧੂ ਮੋਰਚਾ ਲਾਈ ਬੈਠਾ ਹੈ, ਅਤੇ ਬਠਿੰਡਾ ਦੇ ਵਿੱਚ ਲੱਖਾ ਸਦਾਣਾ, ਅਜਿਹੇ ਪਤਾ ਨਹੀਂ ਕਿੰਨੇ ਹੀ ਨੌਜਵਾਨ ਨੇ, ਗਾਇਕ ਨੇ, ਜਿਹਨਾਂ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਮੋਰਚੇ ਵਿੱਢੇ ਹੋਏ ਨੇ, ਸਰਕਾਰ ਦੇ ਗਲੇ ਦੀ ਜੋ ਹੱਡੀ ਬਣ ਰਹੇ ਨੇ। ਹੁਣ ਇਹ ਸਰਕਾਰਾਂ ਇਹ ਮੋਰਚੇ ਖਤਮ ਕਰਨਾ ਚਾਹੁੰਦੀਆਂ ਨੇ, ਕਿਉਂਕਿ ਸਰਕਾਰਾਂ ਨੇ ਕਦੀ ਸੋਚਿਆ ਨਹੀਂ ਸੀ ਕਿ ਪੰਜਾਬ ਦੇ ਵਿੱਚ ਅਜਿਹਾ ਸੈਲਾਬ ਆਵੇਗਾ ਨੌਜਵਾਨੀ ਦਾ, ਕਿ ਉਹ ਇਕਜੁੱਟ ਇਕਮੁੱਠ ਹੋ ਕੇ ਸਰਕਾਰਾਂ ਦੀ ਗਲੇ ਦੀ ਹੱਡੀ ਬਣ ਜਾਣਗੇ। ਤੇ ਹੁਣ ਸਰਕਾਰਾਂ ਨੂੰ ਇੱਕੋ ਹੀ ਚੀਜ਼ ਸੋਚ ਰਹੀ ਹੈ ਕਿ ਕਿੱਦਾਂ ਇਹਨਾਂ ਮੋਰਚਿਆਂ ਨੂੰ ਕੈਸ਼ ਕੀਤਾ ਜਾਵੇ, ਕਿੱਦਾਂ ਇਹਨਾਂ ਮੋਰਚਿਆਂ ਤੇ ਬੈਠੇ ਨੌਜਵਾਨ, ਕਿਸਾਨ, ਮਜ਼ਦੂਰ, ਆੜ੍ਹਤੀਆਂ ਦੀਆਂ ਵੋਟਾਂ ਆਪਣੇ ਖਾਤੇ ਵਿੱਚ ਸੁੱਟ ਲਈਆਂ ਜਾਣ। ਤਾਂ ਹੀ ਹੁਣ ਨੌਜਵਾਨ ਇਸ ਜ਼ਿੱਦ ਉੱਤੇ ਅੜੇ ਨੇ ਕਿ ਇਹ ਮਸਲਾ ਸਿਰਫ MSP ਦਾ ਨਹੀਂ, ਹੋਰ ਬਹੁਤ ਸਾਰੇ ਮਸਲੇ ਨੇ ਜਿਹਨਾਂ ਨੂੰ ਲੈ ਕੇ ਸਮੇਂ ਸਮੇਂ ਸਿਰ ਸਰਕਾਰ ਕੋਝੀਆਂ ਚਾਲਾਂ ਚੱਲਦੀ ਹੈ, ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਆਪ ਸੋਚਣਾ ਚਾਹੀਦਾ ਹੈ ਕਿ ਜਿਹਨਾਂ ਨੇ ਇੰਨੇ ਦਹਾਕਿਆਂ ਦੇ ਵਿੱਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ, ਉਹ ਹੋਰ ਤੁਹਾਡੇ ਵਾਸਤੇ ਕੀ ਲਾਗੂ ਕਰਨਗੇ। ਹੁਣ ਕਿਸਾਨ ਜੇ ਅੜੇ ਨੇ, ਨੌਜਵਾਨ ਜੇ ਅੜੇ ਨੇ, ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਜਿੱਥੇ ਅੜ ਗਏ ਉੱਥੇ ਖੜ ਗਏ, ਅਤੇ ਆਪਣਾ ਹੱਕ ਲਿੱਤੇ ਬਿਨਾਂ ਵਾਪਸ ਨਾ ਮੁੜਾਂਗੇ। ਦਿੱਲੀ ਨੂੰ ਝੁਕਾਉਣਾ ਪਿਆ ਤਾਂ ਗੋਡਿਆਂ 'ਤੇ ਲਿਆ, ਉਸ ਨੂੰ ਵੀ ਝੁਕਾ ਦੇਵਾਂਗੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।